अज पंजाब का बच्चा बच्चा पंजाब का किसान पंजाब का खेत मजदूर तिना काले कानूनों के खिलाफ जिहड़ा हैगा वो संघर्ष कर रहा और दूजे पासे कोरोना महामारी दे नाल पंजाब का हरेक वर्ग यह महसूस करता गा कि केंद्र सरकार कैप्टन साहब की सरकार कांग्रेस पार्टी की सरकार जिहड़ी आ वो दोहें हथी पंजाब नूं लुट रही है वो दोहें हथी पंजाब के हरेक वर्ग नूं लुट रही है। सो अज पंजाब के लोग हरेक तरीके दे नाल चाहे वह केंद्र सरकार है चाहे पंजाब सरकार है अपने आप नूं ठगिया महसूस कर रहे हैं। पंजाब सरकार कैप्टन साहब बुरी तरह फेल ने। कैप्टन साहब ने एक भी काम पंजाब के लिए किया। कैप्टन साहब ने एक भी स्टैप जिहड़ा हैगा एक भी कदम जिहड़ा हैगा वो कोरोना महामारी रोकण दे विच नहीं चुकिया हैगा। लगातार कैप्टन साहब फेल होए ने। साहब तो बीजेपी की सरकार तो जिहड़ी आ वो जुमलिया की झूठ की झूठ के पलंदे की सरकार आ। हर कदम कदम से झूठ बोलता मैं समझता इस तरह बिहेव करता जिवें किसी फिल्म का एक्टर होता है। देश का अन्नदाता जिहड़ा लोगों के ढिड भर रहा अज वो संघर्ष कर रहा तो मैं समझदा बीजेपी को अपना रवैया छड़ के गलत रवैया छड़ के सीधे राह पर आना चाहिए किसान नाल गल करके तिन्ने गले नूं वापस लेने चाहिए। कई दल बदलू होंदे ने जिहड़े सवेरे किते किसी टाणी ते बहिंदे ने शाम नूं किसी टाणी ते बहिंदे ने। सो ये सियासी लोग कुछ इस तरह के होंदे ने जिहड़े हर पांच साल बाद अपनी सियासी पारी बदलते ने अपना सियासी तौर पर जिहड़ा हैगा रुख बदलते ने। ਸਤਿ ਸ਼੍ਰੀ ਅਕਾਲ ਮੈਂ ਦਿਨੂ ਸ਼ਰਮਾ ਤੁਸੀਂ ਦੇਖ ਰਹੇ ਹੋ ਟੀਵੀ ਐਨਆਰਆਈ। ਸਰਕਾਰ ਕੀ ਆਪਣਾ ਕੰਮ ਸਹੀ ਸਿਸਟਮ ਨਾਲ ਕਰ ਰਹੀ ਹੈ? ਬਿਲਕੁਲ ਵੀ ਨਹੀਂ ਕਰ ਰਹੀ। ਲੋਕਾਂ ਨੂੰ ਵੈਕਸੀਨ ਦੀ ਘਾਟ ਹੋ ਰਹੀ। ਜਿੱਥੇ ਵੈਕਸੀਨ ਦੀ ਘਾਟ ਹੋ ਰਹੀ ਹੈ ਉੱਥੇ ਦੂਸਰੇ ਪਾਸੇ ਕਈ ਸਾਰੇ ਅਜਿਹੇ ਮੁੱਦੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ। ਖਾਸ ਮੌਕੇ 'ਤੇ ਮੇਰੇ ਨਾਲ ਗੱਲਬਾਤ ਕਰਨ ਲਈ ਆਪ ਤੋਂ ਹਰਪਾਲ ਸਿੰਘ ਜੀ ਮੌਜੂਦ ਨੇ। ਇਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ। ਵੈਕਸੀਨ ਦੇ ਮੁੱਦੇ 'ਤੇ ਵੀ ਗੱਲਬਾਤ ਕਰਾਂਗੇ ਅਤੇ ਸੁਖਪਾਲ ਖਹਿਰਾ ਨੇ ਕਾਂਗਰਸ ਚੋਣ ਕਰ ਲਈ ਹੈ ਇਸ ਬਾਰੇ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀਵੀ ਐਨਆਰਆਈ 'ਤੇ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸਿਮਾ ਜੀ ਜਿੱਦਾਂ ਜਿਹੜਾ ਸਿਸਟਮ ਹੈ ਹਜੇ ਤੱਕ ਸੁਧਰਨ ਨਹੀਂ ਜਾ ਰਿਹਾ ਉਹ ਵਿਗੜਦਾ ਹੀ ਜਾ ਰਿਹਾ ਹੈ। ਵੈਕਸੀਨਾਂ ਦੀ ਘਾਟ ਪੈ ਗਈ ਲੋਕਾਂ ਨੂੰ ਰੁਲਾ ਵੜਿਆ। ਜਿੱਥੇ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਉੱਥੇ ਵੈਕਸੀਨ ਦਾ ਮੁੱਦਾ ਵੀ ਖੜਾ ਹੋ ਗਿਆ ਕਿ ਲੋਕਾਂ ਦੀ ਸਿਹਤ ਸਰਕਾਰ ਲਈ ਵਾਕਈ ਇੰਪੋਰਟੈਂਟ ਆ ਜਾਂ ਉਹਨੂੰ ਹਸੀ ਮਜ਼ਾਕ 'ਚ ਲਿਆ ਜਾ ਰਿਹਾ? ਦੇਖੋ ਅੱਜ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਜਿੱਥੇ ਕੋਰੋਨਾ ਮਹਾਮਾਰੀ ਦਾ ਟੱਕਰਾ ਕਰ ਰਹੇ ਨੇ ਉਹ ਦੂਜੇ ਪਾਸੇ ਜਿਹੜਾ ਕਿਸਾਨੀ ਸੰਘਰਸ਼ ਆ ਉਹ ਵੀ ਸਿਖਰਾਂ 'ਤੇ ਪਹੁੰਚਿਆ ਹੈ। ਅੱਜ ਪੰਜਾਬ ਦਾ ਬੱਚਾ ਬੱਚਾ ਪੰਜਾਬ ਦਾ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਤਿੰਨਾਂ ਕਾਲੇ ਕਾਨੂੰਨ ਦੇ ਖਿਲਾਫ ਜਿਹੜਾ ਹੈਗਾ ਉਹ ਸੰਘਰਸ਼ ਕਰ ਰਿਹਾ ਔਰ ਦੂਜੇ ਪਾਸੇ ਕੋਰੋਨਾ ਮਹਾਮਾਰੀ ਦੇ ਨਾਲ ਲੜ ਰਿਹਾ। ਪੰਜਾਬ ਸਰਕਾਰ ਕੈਪਟਨ ਸਾਹਿਬ ਬੁਰੀ ਤਰ੍ਹਾਂ ਫੇਲ ਨੇ। ਕੈਪਟਨ ਸਾਹਿਬ ਨੇ ਇੱਕ ਵੀ ਕੰਮ ਪੰਜਾਬ ਦੇ ਲਈ ਕੀਤਾ। ਕੈਪਟਨ ਸਾਹਿਬ ਨੇ ਇੱਕ ਵੀ ਸਟੈਪ ਜਿਹੜਾ ਹੈਗਾ ਇੱਕ ਵੀ ਕਦਮ ਜਿਹੜਾ ਹੈਗਾ ਉਹ ਕੋਰੋਨਾ ਮਹਾਮਾਰੀ ਨੂੰ ਰੋਕਣ ਦੇ ਵਿੱਚ ਨਹੀਂ ਚੁੱਕਿਆ ਹੈਗਾ। ਲਗਾਤਾਰ ਕੈਪਟਨ ਸਾਹਿਬ ਫੇਲ ਹੋਏ ਨੇ ਔਰ ਦੂਜੇ ਪਾਸੇ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਨੇ। ਸੋ ਮੈਂ ਸਮਝਦਾ ਵੀ ਕਿ ਅੱਜ ਪੰਜਾਬ ਜਿਹੜਾ ਹੈਗਾ ਪੂਰੇ ਸੰਕਟ ਦੇ ਵਿੱਚ ਘਿਰਿਆ ਹੈ। ਚਾਹੇ ਆਪਾਂ ਕੋਰੋਨਾ ਦੀ ਗੱਲ ਕਰ ਲਈਏ ਚਾਹੇ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰ ਲਈਏ ਅੱਜ ਪੰਜਾਬ ਦਾ ਹਰੇਕ ਵਰਗ ਇਹ ਮਹਿਸੂਸ ਕਰਦਾ ਗਾ ਕਿ ਕੇਂਦਰ ਸਰਕਾਰ ਕੈਪਟਨ ਸਾਹਿਬ ਦੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਦੋਹੇ ਹੱਥੀ ਪੰਜਾਬ ਨੂੰ ਲੁੱਟ ਰਹੀ ਆ ਉਹ ਦੋਹੇ ਹੱਥੀ ਪੰਜਾਬ ਦੇ ਹਰੇਕ ਵਰਗ ਨੂੰ ਲੁੱਟ ਰਹੀ ਆ। ਪਰ ਲੇਕਿਨ ਅੱਜ ਪੰਜਾਬ ਬੇਹਾਲ ਆ ਔਰ ਪੰਜਾਬ ਦਾ ਕੈਪਟਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਅੱਜ ਇਸ ਪ੍ਰਸਤੀ 'ਚ ਡੁੱਬਿਆ ਹੈਗਾ। ਉਹ ਦੋ ਜਗ੍ਹਾ 'ਤੇ ਮਿਲਦਾ ਗਾ, ਜਾਂ ਤਾਂ ਜਿਹੜਾ ਹੈਗਾ ਫਾਰਮ ਹਾਊਸ ਸਿਸਟਮਾਂ 'ਤੇ ਮਿਲਦਾ ਗਾ ਜਾਂ ਜਿਹੜਾ ਹੈਗਾ ਉਹ ਪਹਾੜਾਂ 'ਚ ਮਿਲਦਾ ਗਾ। ਉਹ ਕਦੇ ਪੰਜਾਬ ਦੀ ਉਹਨੇ ਕੋਈ ਸੁਧਬੁੱਧ ਨਹੀਂ ਲਈ, ਕਦੇ ਪੰਜਾਬ ਕੋਲ ਜਾ ਕੇ ਨਹੀਂ ਦੇਖਿਆ। ਸਿਰਫ ਅਤੇ ਸਿਰਫ ਚਾਰ ਵਾਰ ਪੰਜਾਬ 'ਚ ਮੈਂ ਸਮਝਦਾ 4 ਸਾਲਾਂ 'ਚ ਗਿਆ ਹੋਣਾ, ਉਹ ਵੀ ਪਟਿਆਲੇ 1-2 ਵਾਰ ਉਹਦੇ ਨਿੱਜੀ ਫੰਕਸ਼ਨ ਹੋਣਗੇ। ਸੋ ਅੱਜ ਪੰਜਾਬ ਨੂੰ ਪਤਾ ਲੱਗ ਗਿਆ, ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨੂੰ ਦੁਬਾਰਾ ਛੱਡ ਚੁੱਕਿਆ ਹੈਗਾ। ਕੇਂਦਰ ਸਰਕਾਰ ਪੰਜਾਬ 'ਤੇ ਲਗਾਤਾਰ ਹਮਲੇ ਕਰ ਰਹੀ ਆ, ਬੀਜੇਪੀ ਜਿਹੜੀ ਆ ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ। ਸੋ ਅੱਜ ਪੰਜਾਬ ਦੇ ਲੋਕ ਹਰੇਕ ਤਰੀਕੇ ਦੇ ਨਾਲ ਚਾਹੇ ਉਸ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਜਿੱਥੇ ਕੱਲ 26 ਮਈ ਨੂੰ ਕਾਲਾ ਦਿਵਸ ਮਨਾਇਆ ਗਿਆ, ਪੰਜਾਬ ਭਰ 'ਚ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦੀ ਕਾਲੀਆਂ ਪਗੜੀਆਂ ਬੰਨ ਕੇ, ਸਰਕਾਰ ਦਾ ਕਿੰਨਾ ਕੁ ਉਹਦੇ ਉੱਪਰ ਅਸਰ ਪਿਆ ਕਿਉਂਕਿ 6 ਮਹੀਨੇ ਕੱਲ ਪੂਰੇ ਹੋ ਚੁੱਕੇ ਸਨ ਕਿਸਾਨੀ ਅੰਦੋਲਨ ਨੂੰ? ਦੇਖੋ ਦੇਸ਼ ਦੀ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਆ ਬੀਜੇਪੀ ਦੀ ਸਰਕਾਰ ਆ ਉਹਨੇ ਲਗਾਤਾਰ ਤਾਨਾਸ਼ਾਹੀ ਰਵੱਈਆ ਬਣਾਇਆ ਹੈਗਾ, ਲਗਾਤਾਰ ਜਿਹੜਾ ਉਹਨੇ ਆਪਣਾ ਅੜੀਆ ਰਵੱਈਆ ਬਣਾਇਆ ਹੈਗਾ। ਅੱਜ ਦੇਸ਼ ਨੂੰ ਬੜੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਖਾਸ ਕਰਕੇ ਜਿਹੜੇ 3 ਕਾਲੇ ਕਾਨੂੰਨ ਆਏ ਨੇ। ਔਰ ਦੇਸ਼ ਦਾ ਜੋ ਕੋਈ ਵੀ ਵਿਅਕਤੀ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ ਮਿਨਿਸਟਰ ਬਣ ਜਾਂਦਾ ਜਾਂ ਚੁਣਿਆ ਜਾਂਦਾ ਗਾ ਤਾਂ ਸਭ ਨਾਲ ਇਹ ਸਾਂਝਾ ਹੁੰਦਾ ਗਾ। ਪਰ ਪੰਜਾਬ ਦਾ ਦੇਸ਼ ਦਾ ਪ੍ਰਧਾਨ ਮੰਤਰੀ ਪੱਖਪਾਤੀ ਆ, ਦੇਸ਼ ਦਾ ਪ੍ਰਧਾਨ ਮੰਤਰੀ
इस तरह लग रहा है कि उस भी बीजेपी की सर बीजेपी के लोगों को सिर्फ सहूलत देनिया नहीं गया होर लोगों को उन्हें लताड़ना गा खत्म करना गा अपने विरोधियों को मारना गा सो अज इस से उतरिया है बीजेपी जी नफरत की राजनीति कर रही है अज बीजेपी ने नफरत की राजनीति छड़ के किसान की गल सुननी चाहिए किसान की वाह फड़नी चाहिए समा गा बेला गा देश का अन्नदाता जिहड़ा लोगों के ढिड भर रहा अज संघर्ष कर रहा तो मैं समझदा बीजेपी ने अपना रवैया छड़ के गलत रवैया छड़ के सीधे राह पे आना चाहिए किसान ना गल करके तिन्ने गल नूं वापस लेने चाहिए सुखपाल खैरा बारे तुसीं की कहना चाहोगे उन्होंने कांग्रेस ज्वाइन कर लिया कि वो आप पार्टी चो ना आने दा मकसद की है कि कभी दोबारा वापस पार्टी कांग्रेस विच उन्होंने ज्वाइन कर लिया देखो कई दल बदलू होंदे ने जिहड़े सवेरे किते किसे टाणी ते बैंदे ने शाम नूं किसे टाणी ते बैंदे ने सो सियासी लोग कुछ इस तरह के होंगे ने जिहड़े हर पांच साल बाद अपनी सियासी पारी बरतते हैं अपना सियासी तौर पर जिहड़ा हैगा रुख बदलते हैं सो दल बदलुआ की पंजाब विच कोई थां नहीं आया राम गया राम की राजनीति करने वाले लोगों की पंजाब विच कोई थां नहीं हुण तक इस प्रकार के पांच छह नेतावां नेता होर ने पंजाब विच वो सारे दे हाशिए ते नेगे सब तो मैं समझदा आने वाले समय के सब तो माड़ा हाल इस शख्स का होगा हरेक वर्ग अपने आप ठगिया महसूस करता है हरेक वर्ग अपनी रोजमर्रा की जिंदगी निभाने बड़ी मुश्किल का सामना कर रहा है बहुत जड़ियां बड़ियां बड़ियां कठिनाइयां दा सामना कर रहा ना अज पंजाब दा ना अज पंजाब दे टैक्सी ड्राइवरां नूं कुछ मिलिया ना मजदूरां नूं कुछ मिलिया ना छोटे दुकानदारां नूं कुछ मिलिया ना छोटे काम करन वाले होर लोग ने जिहड़े उन्हां नूं कुछ मिलिया सो मैं समझदा अज पंजाब जिहड़ा हैगा उह लवारे छड्ड के पंजाब दा मुख मंत्री जिहड़ा हैगा उह अपनी ऐश परस्ती च डुब्या होया है ਹਰਪਾਲ ਜੀ ਮੈਂ ਆਪ ਪਾਰਟੀ ਆਪਣਾ ਕੰਮ ਸਹੀ ਤਰੀਕੇ ਨਾਲ ਕਰੇਗੀ ਅਗਲੀ ਸਰਕਾਰ ਆਪ ਪਾਰਟੀ ਦੀ ਹੋ ਸਕਦੀ ਹੈ ਤੁਹਾਡੇ ਮੁਤਾਬਿਕ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਜਿਹੜੀ ਆ ਭਲੀ ਭਾਂਤ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਕੈਪਟਨ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀ ਬਿਲਕੁਲ ਨਹੀਂ ਨਿਭਾਏ ਹੈਗੇ ਔਰ ਦੂਜੇ ਪਾਸੇ ਅਕਾਲੀ ਦਲ ਬੀਜੇਪੀ ਵਾਲੇ ਨੇ ਕਿ ਉਹਨਾਂ ਬਾਰੇ ਸਭ ਬਾਰੇ ਪਤਾ ਗਾ ਕਿ ਉਹ ਬੜੇ ਮਾੜੇ ਇਨਸਾਨ ਨੇ 10 ਸਾਲਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਾ ਸੋ ਇੱਕੋ ਇੱਕ ਆਪਸ਼ਨ ਪੰਜਾਬ ਦੇ ਲੋਕਾਂ ਕੋਲ ਆਮ ਆਦਮੀ ਪਾਰਟੀ ਆ ਸੋ ਆਮ ਆਦਮੀ ਪਾਰਟੀ ਨੂੰ ਵੀ ਸਫਾਈ ਦੇ ਵਿੱਚ ਪੰਜਾਬ ਦੇ ਲੋਕ ਚੁਣਨਗੇ ਆਪਣੇ ਦੁੱਖਾਂ ਦਰਦਾਂ ਦਾ ਹੱਲ ਪੰਜਾਬ ਦੇ ਲੋਕ ਖੁਦ ਆਪ ਕਰਨਗੇ ਆਪ ਦੀ ਸਰਕਾਰ ਬਣਾਉਣਗੇ ਮੋਦੀ ਸਰਕਾਰ ਦੁਆਰਾ ਅਨਾਉਂਸਮੈਂਟ ਕੀਤੀ ਗਈ ਕਿ 12 ਰੁਪਏ ਕੱਟਣਗੇ ਤੁਹਾਡੇ ਅਕਾਊਂਟ ਚੋਂ ਇੰਨੇ ਲੱਖ ਪੈਣਗੇ ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈਗੀ ਹੈ ਮੋਦੀ ਸਾਹਿਬ ਤਾਂ ਬੀਜੇਪੀ ਦੀ ਸਰਕਾਰ ਤਾਂ ਜਿਹੜੀ ਆ ਉਹ ਜੁਮਲਿਆਂ ਦੀ ਝੂਠ ਦੀ ਝੂਠ ਦੇ ਪਲੰਦੇ ਦੀ ਸਰਕਾਰ ਆ ਹਰ ਕਦਮ ਕਦਮ ਤੇ ਝੂਠ ਬੋਲਦਾ ਮੈਂ ਸਮਝਦਾ ਇਸ ਤਰ੍ਹਾਂ ਬਿਹੇਵ ਕਰਦਾ ਜਿਵੇਂ ਕਿਸੇ ਫਿਲਮ ਦਾ ਐਕਟਰ ਹੁੰਦਾ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਘੱਟ ਲੱਗ ਰਿਹਾ ਕਿਸੇ ਫਿਲਮ ਦਾ ਐਕਟਰ ਲੱਗ ਰਿਹਾ ਹੈਗਾ ਐਕਟਿੰਗ ਕਰਦਾ ਰਹਿੰਦਾ ਹੈਗਾ ਕਦੇ ਰੋਣ ਲੱਗ ਜਾਂਦਾ ਕਦੇ ਹੱਸਣ ਲੱਗ ਜਾਂਦਾ ਕਦੇ ਤਾੜੀਆਂ ਵਜਾਉਂਦਾ ਕਦੇ ਥਾਲੀਆਂ ਵਜਾਉਂਦਾ ਹੈਗਾ ਸੋ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਮੈਂ ਸਮਝਦਾ ਆਪਦੇ ਅਹੁਦੇ ਨਾਲ ਇਨਸਾਫ ਨਹੀਂ ਕਰ ਰਿਹਾ ਜਿਸ ਅਹੁਦੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਹੈਗਾ ਉਸ ਅਹੁਦੇ ਦੇ ਨਾਲ ਹੀ ਉਹ ਵਿਤਕਰਾ ਕਰ ਰਿਹਾ ਹੈਗਾ ਤੇ ਜਾਂਦੇ ਜਾਂਦੇ ਅਸੀਂ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਦੇ ਵਿਚਾਰਾਂ ਬਾਰੇ ਕਿਸ ਜਿਹੜੇ ਸਰਕਾਰ ਦੇ ਸਿਸਟਮ ਨੇ ਕੰਮ ਕਰਦੇ ਉਹਦੇ ਬਾਰੇ ਦੇਖੋ ਪੰਜਾਬ ਦੀ ਕੈਪਟਨ ਸਰਕਾਰ ਦੇਸ਼ ਦੀ ਮੋਦੀ ਸਰਕਾਰ ਦੋਨੇ ਸਰਕਾਰਾਂ ਬੇਹੱਦ ਨਖੇਧ ਘਟਿਆ ਸਾਬਤ ਹੋਈਆਂ ਨੇਗੀਆਂ ਦੋਨੇ ਸਰਕਾਰਾਂ ਨੇ ਨਫ਼ਰਤ ਦੀ ਰਾਜਨੀਤੀ ਕੀਤੀ ਆ ਦੋਨੇ ਸਰਕਾਰਾਂ ਨੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਦੇਸ਼ ਦੇ ਵਿੱਚ ਮੋਦੀ ਸਰਕਾਰ ਨੇ ਆਮ ਲੋਕਾਂ ਨੂੰ ਉਹਨਾਂ ਦਾ ਆਮ ਲੋਕਾਂ ਦਾ ਖੂਨ ਚੂਸਿਆ ਗਾ ਆਮ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਗਾ ਕੁਛ ਕੁ ਚੰਦ ਕੁ ਬੰਦਿਆਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਚੰਦ ਕੁ ਬੰਦਿਆਂ ਨੂੰ ਦੇਸ਼ ਦੇ ਵਿੱਚ ਮੋਦੀ ਸਰਕਾਰ ਨੇ ਪੰਜਾਬ ਵਿੱਚ ਕੈਪਟਨ ਸਾਹਿਬ ਨੇ ਕੁਛ ਕੀਤਾ ਤਾਂ ਤੁਸੀਂ ਦੇਖਿਆ ਸੀ ਕਿ ਮੈਂ ਹਰਪਾਲ ਚੀਮਾ ਜੀ ਨੇ ਕਿਹਾ ਕਿ ਮੋਦੀ ਮੰਤਰੀ ਘੱਟ ਲੱਗਦੇ ਨੇ ਐਕਟਰ ਜ਼ਿਆਦਾ ਲੱਗਦੇ ਕਿਉਂਕਿ ਐਕਟਿੰਗ ਹੀ ਕਰਦੇ ਨੇ ਹਰ ਸਮੇਂ ਕਦੇ ਹੱਸਦੇ ਨੇ ਕਦੇ ਰੋਂਦੇ ਨੇ ਸਰ ਲੋਕਾਂ ਨੇ ਜਿਹੜੇ ਅਰਮਾਨ ਨੂੰ ਖੇਡਿਆ ਜਾ ਰਿਹਾ ਫੀਲਿੰਗ ਨਾਲ ਖੇਡਿਆ ਜਾ ਰਿਹਾ ਕਰੋਨਾ ਸਿਸਟਮ ਦਾ ਕਰੋਨਾ ਕਰਕੇ ਸਿਸਟਮ ਦਾ ਵਿਗੜੀ ਰਿਹਾ ਤੇ ਵੈਕਸੀਨਾਂ ਨਹੀਂ ਮਿਲਦੀਆਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਤੇ ਸਰਕਾਰ ਹਾਲੇ ਵੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਤੇ ਨਾ ਹੀ ਸੁਖਪਾਲ ਖਹਿਰਾ ਬਾਰੇ ਕਿਉਂਕਿ ਉਹ ਦਲ ਬਦਲੂ ਨੇ ਇੱਕ ਜਗ੍ਹਾ ਟਿੱਕੇ ਨਹੀਂ ਬੈਠ ਸਕਦੇ ਉਹਨਾਂ ਨੂੰ ਕਾਗਜ਼ ਜ਼ੋਰ ਕੀਤੀ ਹੈ ਤੁਸੀਂ ਉਹਦੇ ਵਿਚਾਰ ਜਿਹੜੇ ਨੇ ਕਮੈਂਟਸ ਨਾਲ ਸਾਂਝੇ ਕਰ ਸਕਦੇ ਹੋ ਬਣੇ ਨੂੰ ਟੀਵੀ ਐਨਆਰਆਈ ਨਾਲ।